Rottweiler exhibitor, please enter the ring number 1. Last and final call for Rottweiler exhibitor. Rottweiler exhibitors, please enter the ring number 1. Rottweiler exhibitors. Rottweiler exhibitors. Last and final call for Boston Terrier exhibitors. Please come venue in number 2. Boston Terrier. Rottweiler exhibitors, please come in waiting area ring number 1. Last and final call for Rottweiler. Rottweiler exhibitors, please come to waiting area ring number 1. Rottweiler exhibitors. Final call for miniature picture.
you, sir. Thank you. ਮਾਸਟਰ ਜੀ ਸਾਡੀ ਇਹਨਾਂ ਦੀ ਟੀਮ ਸਾਡੇ ਕੋਲ ਪਹੁੰਚੀ ਹੈ, ਅਸੀਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਆਸ ਕਰਦੇ ਹਾਂ ਸਾਨੂੰ ਅੱਗੋਂ ਵੀ ਇੱਦਾਂ ਹੀ ਸਾਥ ਦਿੰਦੇ ਰਹਿਣਗੇ। ਗੁਰਿੰਦਰ ਜੀ ਨੂੰ ਬੇਨਤੀ ਕਰੂੰਗਾ ਜਦੋਂ ਤੁਸੀਂ ਸਟੇਜ 'ਤੇ ਆਓ ਤੇ ਮੌਕੇ ਸਿਰ ਥੱਲੇ ਚੱਲ ਜਾਂਦੇ ਨੇ। ਹੁਣ ਮੈਂ ਚੇਅਰਮੈਨ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜਤਿੰਦਰ ਕਾਜੀ ਆ ਜੇ ਹੁਣ ਹੈਂਡਲਿੰਗ ਟਾਵਲ ਜੀ ਸਾਡੇ ਮਰੀਜ਼ ਹੋ ਬਹੁਤ ਨੇ ਯਾਰ, ਸਾਡੇ ਤਾਂ ਤੁਸੀਂ ਤਾਂ ਬਹੁਤ ਕਮੀਆਂ ਨੇ, ਮੈਂ ਤਾਂ ਦੇਖੀ ਜੇ ਨਹੀਂ ਗੁਰੀ ਇਹ ਕਿਤੇ ਕਰਨ ਭਾਈ ਨੇ ਟ੍ਰੇਨ ਕੀਤਾ ਕੋ ਤਾਂ ਜਿੱਦਾਂ ਕਹੂੰ ਉੱਦਾਂ ਬਹਿਣ ਲੱਗ ਰਿਹਾ ਗ੍ਰੇਟ ਕਰੋ, ਰੱਬ ਨੇ ਬਖਸ਼ੀ ਦਿੱਤੀ ਦੀ ਹੈ। ਸਮਝੀ ਸਾਲ ਹੋ ਗਏ ਦਸ ਸਾਲ ਦਾ ਜਾਂਦਾ ਕੋਟ ਪਾਏ ਦੇ ਵੀ ਸੋਹਣਾ ਮੇਰੇ ਕੋਲ ਐਸਜੀਐਮ ਸਾਹਿਬ ਇਹ ਸਨੈਪ ਆਨਲਾਈਨ ਜਾ ਰਹੀਆਂ ਆਲ ਇੰਡੀਆ ਲੈਵਲ ਦੇ ਗਰੁੱਪ ਦੇ ਇਹ ਸਨੈਪ ਜਾਂਦੀਆਂ ਸਿਰਫ ਏਸ਼ੀਆਈ ਕੈਨੋ ਕਲੱਬ ਆਫ ਇੰਡੀਆ ਦੇ ਅੰਦਰ ਰੈਕੋਗਨਾਈਜ਼ ਅੰਡਰ ਦੇਅਰ ਰੂਲ ਐਂਡ ਦੇਅਰ ਸਟੈਂਡਰਡ ਦੇ ਸਨੈਪ ਸਾਹਿਬ ਸਾਡੇ ਅੱਜ ਦੇ ਮੁੱਖ ਮਹਿਮਾਨ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕਰਨਗੇ। ਇੱਕ ਮਿੰਟ ਹੌਸਲਾ ਅਫਜ਼ਾਈ ਹੁੰਦੀ ਬਹੁਤ ਵਧੀਆ। ਮੈਂ ਸਾਰਿਆਂ ਨੂੰ ਇਸ ਡੌਗ ਸ਼ੋਅ ਲਈ ਮੁਬਾਰਕਬਾਦ, ਸਪੈਸ਼ਲੀ ਜਿਹੜੇ ਆਰਗਨਾਈਜ਼ਰਸ ਨੇ ਦੇ ਹੈਵ ਡਨ ਅ ਗੁੱਡ ਜੋਬ, ਬਹੁਤ ਥੈਂਕ ਯੂ ਵੈਰੀ ਮਚ, ਬਹੁਤ ਹੀ ਵਧੀਆ ਉਪਰਾਲਾ। ਮੈਂ ਸਮਝਦਾ ਕਿ ਅਸੀਂ ਬਟਾਲਾ ਨਿਵਾਸੀ ਬੜੇ ਹੀ ਖੁਸ਼ਕਿਸਮਤ ਹਾਂ। ਹੈਲੋ ਦੋਸਤੋ, ਮੈਂ ਤੁਹਾਡਾ ਫਰੈਂਡ ਕਰਨ ਭੰਡੀ ਜਲੰਧਰ ਤੋਂ। ਸਿਟੀ ਹੋਸਟ ਅਸੀਂ ਕਰਨ ਦਾ ਮੌਕਾ ਮਿਲਿਆ, ਵਾਕਈ ਜਿਹੜੇ ਡੌਗਸ ਨੇ ਸਾਨੂੰ ਬੇਨਤੀ ਕਰਾਂਗੇ 2 ਮਿੰਟ ਵਾਸਤੇ ਸਾਨੂੰ ਜ਼ਰੂਰ ਆਸ਼ੀਰਵਾਦ ਦੇਣ। ਉਹਨਾਂ ਦੀ ਜਾਣਕਾਰੀ ਵਾਸਤੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਹਜੀਮ ਸਾਹਿਬ, ਇਹ ਡੌਗ ਤੋਂ ਇਹ ਡੌਗ ਦੀ ਕੁਆਲਿਟੀ ਇੰਪਰੂਵ ਕਰਨ ਵਾਸਤੇ ਕਰਾਇਆ ਜਾਂਦਾ ਤਾਂ ਕਿ ਲੋਕਾਂ ਨੂੰ ਡੌਗ ਦੇ ਪ੍ਰਤੀ ਜਾਣਕਾਰੀ ਜ਼ਿਆਦਾ ਮਿਲੇ, ਅਲੱਗ ਅਲੱਗ ਬ੍ਰੀਡ ਦੀ ਜਾਣਕਾਰੀ ਮਿਲੇ, ਉਹਦਾ ਕੁਆਲਿਟੀ ਵਧੇ, ਉਹਦੀ ਇੰਪਰੂਵਮੈਂਟ ਵਧੇ, ਉਹਦੀ ਬ੍ਰੀਡ ਹੋਰ ਵੀ ਵਧੀਆ ਬਣ ਸਕੇ। ਇਸ ਕਰਕੇ ਡੌਗ ਸ਼ੋਅ ਕਰਾਇਆ ਜਾਂਦਾ ਅਤੇ ਜਿਹੜੇ ਡੌਗ ਲਵਰਸ ਨੇ ਸਾਡੇ ਉਹ ਅਲੱਗ ਅਲੱਗ ਸਟੈਂਡਰਡ ਨਾਲ ਡੌਗ ਲੈ ਕੇ ਆਉਂਦੇ ਨੇ, ਡੌਗ ਦੀ ਕੁਆਲਿਟੀ ਇੰਪਰੂਵ ਕਰਕੇ ਲਿਆਉਂਦੇ ਨੇ ਅਤੇ ਜੱਜੀ ਵਾਸਤੇ ਵੀ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਹੈ। ਇਟ ਇਜ਼ ਟੂ ਇੰਪਰੂਵ ਦਾ ਕੁਆਲਿਟੀ ਆਫ ਦਾ ਬ੍ਰੀਡ ਸਰ, ਅਤੇ ਮੈਂ ਹੁਣ ਤੁਹਾਨੂੰ ਬੇਨਤੀ ਕਰੂੰਗਾ ਕਿ 2 ਮਿੰਟ ਵਾਸਤੇ ਸਾਡੇ ਕਲੱਬ ਦੇ ਮੈਂਬਰਾਂ ਨੂੰ ਅਤੇ ਆਏ ਹੋਏ ਮਹਿਮਾਨਾਂ ਦਾ ਜ਼ਰੂਰ ਸਾਨੂੰ ਆਸ਼ੀਰਵਾਦ ਦਿਓ। ਥੈਂਕ ਯੂ। ਮਿਨੀਏਚਰ ਪਿਕਚਰ ਐਗਜ਼ੀਬਿਟਰ ਪਲੀਜ਼ ਰਿਪੋਰਟ ਐਟ ਵੇਟਿੰਗ ਏਰੀਆ ਰਿੰਗ ਨੰਬਰ 1।